ਟੀਵੀ ਐਂਡ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਪੰਜਾਬ ਦੇ ਡੀਜੀਪੀ ਨੇ ਗੈਂਗਸਟਰਾਂ ਅਤੇ ਸਮਗਲਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਚਾੜੇ ਹੁਕਮ 골ਡੀ ਬਰਾੜ ਦੀ ਭੈਣ ਨੇ ਲੋਰੈਸ ਸੰਬੰਧੀ ਕੀਤਾ ਇੱਕ ਵੱਡਾ ਖੁਲਾਸਾ ਲੌਰੈਂਸ ਬਿਸ਼ਨੋਈ ਨੇ ਪੁੱਛਗਛ ਦੌਰਾਨ ਉਗਲੇ ਕੁਝ ਅਹਿਮ ਰਾਜ਼ ਲੌਰੈਂਸ ਨੇ ਇੱਕ ਹੋਰ ਗੈਂਗਸਟਰ ਦਾ ਨਾਮ ਵੀ ਲਿਆ ਵਿਜੀਲੈਂਸ ਟੀਮ ਹੱਥ ਲੱਗੇ ਕੁਝ ਅਹਿਮ ਸੁਰਾਗ ਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਮੁਸ਼ਕਲਾਂ 'ਚ ਵਾਧਾ ਦੋਸਤੋ ਇਹ ਕੁਝ ਜਾਣਕਾਰੀਆਂ ਵਿਸਥਾਰ ਦੇ ਨਾਲ ਵਿਚਾਰੀਆਂ ਜਾਣਗੀਆਂ ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪ੍ਰੋਗਰਾਮ ਤਸੱਲੀ ਨਾਲ ਵੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ ਸਭ ਤੋਂ ਵੱਧ ਇਸ ਵਕਤ ਜੇਕਰ ਰੌਲਾ ਰਪਾ ਹੈ ਉਹ ਸਮਗਲਰਾਂ ਦਾ ਹੈ ਉਹ ਇਸ ਵਕਤ ਗੈਂਗਸਟਰਾਂ ਦਾ ਹੈ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਉਹਨਾਂ ਨੇ ਅਸਲ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਆਹਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਕੇ ਡੀਜੀਪੀ ਨੇ ਗੈਂਗਸਟਰਾਂ ਤੇ ਸਮਗਲਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਡੀਜੀਪੀ ਨੇ ਆਖਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਭਾਵੇਂ ਕੀਮਤ ਤਾਰ ਨਹੀਂ ਪੈ ਜਾਵੇ ਪਰ ਆਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹਿਣੀ ਚਾਹੀਦੀ ਹੈ। ਅਸਲ ਦੇ ਵਿੱਚੋ ਬੀਤੇ ਦਿਨੀ ਤਰਨਤਾਰਨ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਕਰਨ ਵਾਸਤੇ ਪਹੁੰਚੇ ਸੀ। ਮੀਟਿੰਗ ਦੇ ਦੌਰਾਨ ਆਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ। ਮੀਟਿੰਗ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ, ਤਰਨਤਾਰਨ ਦੇ ਐਸਐਸਪੀ, ਫਿਰੋਜ਼ਪੁਰ ਦੇ ਐਸਐਸਪੀ, ਫਾਜ਼ਿਲਕਾ ਦੇ ਐਸਐਸਪੀ ਤੋਂ ਇਲਾਵਾ ਤਿੰਨ ਹੋਰ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਡੀਜੀਪੀ ਨੇ ਮੀਟਿੰਗ ਦੇ ਵਿੱਚ ਆਖਿਆ ਕਿ ਇਸ ਇਲਾਕੇ ਦੇ ਜ਼ੁਰਮਾਂ ਦੀ ਸਥਿਤੀ ਦੱਸੋ ਪਹਿਲਾਂ ਤਾਂ ਕਿਹੋ ਜੀ ਹੈ ਫਿਰ ਪੁਲਿਸ ਅਧਿਕਾਰੀ ਨੂੰ ਹੁਕਮ ਵੀ ਦਿੱਤੇ ਕਿ ਐਨਡੀਪੀਐਸ ਐਕਟ ਦੀਆਂ ਧਰਾਵਾਂ ਦੇ ਤਹਿਤ ਜਿਹੜੇ ਵਿਅਕਤੀਆਂ ਦੇ ਖਿਲਾਫ ਅਣ ਐਲਾਨਾ ਅਪਰਾਧ ਹੋਇਆ ਹੋਇਆ ਹੈ ਅਣ ਐਲਾਨੇ ਅਪਰਾਧੀਆਂ ਨੂੰ ਤੁਰੰਤ ਗ੍ਰਿਫਤਾਰ ਕਰੋ ਉਹਨਾਂ ਨੇ ਪੁਲਿਸ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਇਲਾਕੇ ਦੇ ਸਮਗਲਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ ਉਹਨਾਂ ਨੇ ਪੁਲਿਸ ਅਧਿਕਾਰੀ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਜਾਂਚ ਸਮੇਂ ਸਿਰ ਮੁਕੰਮਲ ਕਰਨ ਦੇ ਵੀ ਹੁਕਮ ਦਿੱਤੇ ਅਤੇ ਨਾਲ ਇਹ ਵੀ ਆਖਿਆ ਕਿ ਖੁਫੀਆ ਜਾਣਕਾਰੀਆਂ ਇਕੱਠੀਆਂ ਕਰੋ ਤਾਂ ਕਿ ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜ਼ਮਾਨਤ ਜਾਂ ਪੈਰੋਲ ਤੇ ਬਾਹਰ ਆਏ ਅਪਰਾਧੀਆਂ ਤੇ ਸਖਤ ਨਜ਼ਰ ਰੱਖੀ ਜਾਵੇ ਤੇ ਨਾਲ ਇਹ ਵੀ ਆਖਿਆ ਕਿ ਜਿੰਨੇ ਵੀ ਪੁਲਿਸ ਦੇ ਅਧਿਕਾਰੀ ਨੇ ਉਹ ਪੁਲਿਸ ਦੇ ਕੰਮਕਾਜ ਵਿੱਚ ਤਬਦੀਲੀ ਲਿਆਉਣ ਅਤੇ ਆਮਰ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਵਾਸਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਤੇ ਵਾਹਲਾ ਦੇਣ ਤੇ ਉਹਨਾਂ ਨੇ ਪੁਲਿਸ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਉਹ ਪੇਸ਼ੇਵਰ ਪੁਲਿਸਿੰਗ ਪ੍ਰਣਾਲੀ ਅਪਣਾਉਣ ਆਪਣੇ ਅਧੀਨ ਜਿੰਨੇ ਵੀ ਉਹਨਾਂ ਦੇ ਥਾਣੇ ਆਉਂਦੇ ਨੇ ਉਹਨਾਂ ਦੇ ਉੱਤੇ ਲੋੜੀਂਦੀ ਨਿਗਰਾਨੀ ਰੱਖਣ ਤਾਂ ਕਿ ਪੁਲਿਸ 'ਤੇ ਉਂਗਲ ਨਾ ਉੱਠ ਸਕੇ ਅਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਹੁਣ ਦੇਖੋ ਕਿ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਸਖਤੀਆਂ ਦਾ ਕੁਝ ਅਸਰ ਨਜ਼ਰ ਆਵੇਗਾ ਜਾਂ ਨਹੀਂ ਪਰ ਹੁਣ ਪੰਜਾਬ ਦੇ ਵਿੱਚ ਅਤੇ ਪੰਜਾਬ ਨਾਲ ਤੁਲਕ ਰੱਖਣ ਵਾਲੇ ਦੁਨੀਆ ਭਰ ਦੇ ਵਿੱਚ ਰਹਿੰਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਉੱਤੇ ਇਸ ਮਸਲੇ ਦੇ ਵਿੱਚ ਤੁਹਾਡੇ ਨਾਲ ਬੀਤੇ ਦਿਨੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਗੋਰਾ ਨਾਮ ਦਾ ਇੱਕ ਗੈਂਗਸਟਰ ਹੈ ਉਹਨੂੰ ਮੁਹਾਲੀ ਲਿਆਂਦਾ ਗਿਆ ਸੀ ਖਰੜਾ ਲਿਆਂਦਾ ਗਿਆ ਸੀ ਤੇ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਦਾ 1 ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾਇਆ ਗਿਆ ਹੈ। ਅਸਲ ਦੇ ਵਿੱਚ ਮੂਸੇਵਾਲੇ ਦੇ ਕਤਲकांड ਨੂੰ ਲੈ ਕੇ ਪੁਲਿਸ ਵਿਆਪਕ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ। ਇਸੇ ਦੌਰਾਨ ਤੁਹਾਨੂੰ ਯਾਦ ਹੋਣਾ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਮਿਸ਼ਨ ਉਹੀ ਨੂੰ ਵੀ ਪੰਜਾਬ ਪੁਲਿਸ ਰਿਮਾਂਡ ਤੇ ਪੰਜਾਬ ਦੇ ਵਿੱਚ ਲੈ ਕੇ ਆਈ ਸੀ। ਅਤੇ ਲਾਰੈਂਸ ਦੇ ਕੋਲੋਂ ਕੁਝ ਖੁਲਾਸੇ ਹੋ ਗਏ ਹੈ ਅਤੇ ਕੁਝ ਹੋਰ ਖੁਲਾਸਿਆਂ ਦੀ ਉਮੀਦ ਵੀ ਹੈ। ਤੇ ਇਸੇ ਦਰਮਿਆਨ ਗੋਲਡੀ ਬਰਾੜ ਦੀ ਭੈਣ ਨੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਤੇ ਗੱਲਬਾਤ ਦੇ ਵਿੱਚ ਉਸ ਨੇ ਕੁਝ ਦਾਅਵੇ ਕੀਤੇ ਨੇ ਗੋਲਡੀ ਬਰਾੜ ਦੀ ਭੈਣ ਦਾ ਨਾਮ ਹੈ ਲਖਵੀਰ ਕੌਰ ਲਖਵੀਰ ਕੌਰ ਦਾ ਕਹਿਣਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਨਹੀਂ ਜਾਣਦੀ ਉਹਨੂੰ ਨਹੀਂ ਪਤਾ ਕਿ ਲਾਰੈਂਸ ਬਿਸ਼ਨੋਈ ਕੌਣ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਲਾਰੈਂਸ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਦੱਸਣਾ ਬਣਦਾ ਹੈ ਕਿ ਗੋਲਡੀ ਬਰਾੜ ਦੀ ਭੈਣ ਖਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਗੋਰਾ ਦੀ ਧਰਮ ਪਤਨੀ ਹੈ ਲਖਵੀਰ ਕੌਰ ਨੇ ਤਾਂ ਇਹ ਵੀ ਆਖ ਦਿੱਤਾ ਹੈ ਕਿ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਗੋਰਾ ਜੇਲ੍ਹ ਦੇ ਵਿੱਚ ਬੰਦ ਕਿਉਂ ਕੀਤਾ ਹੋਇਆ ਹੈ ਹੁਣ ਲਖਵੀਰ ਕੌਰ ਨੇ ਇਹ ਵੀ ਆਖਿਆ ਹੈ ਕਿ ਜੇ ਤੁਸੀਂ ਮੈਨੂੰ ਇਹ ਪੁੱਛੋ ਕਿ ਗੋਰੇ ਨਾਲ ਤੇਰਾ ਕੀ ਲੈਣ ਦੇਣਾ ਉਹ ਕਹਿੰਦੀ ਹੁਣ ਮੇਰਾ ਗੋਰੇ ਨਾਲ ਵੀ ਕੋਈ ਲੈਣ ਦੇਣ ਨਹੀਂ ਦੱਸਣਾ ਬਣਦਾ ਹੈ ਕਿ ਮੂਸੇਵਾਲਾ ਦੇ ਕਤਲकांड ਦੀ ਜਿਹੜੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ ਜਿਸ ਦਾ ਮੈਂ ਕੱਲ ਜ਼ਿਕਰ ਕੀਤਾ ਸੀ ਕਿ ਸਟੇਟਸ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਜਾ ਚੁੱਕਿਆ ਹੈ ਉਸ ਰਿਪੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਲੌਰੈਂਸ ਵਿਸ਼ਨੋਈ ਨੂੰ ਮੂਸੇਵਾਲ ਦੇ ਕਤਲ ਕਰਨ ਦਾ ਮਾਸਟਰਮਾਈਂਡ ਦੱਸਿਆ ਸੂਤਰਾਂ ਦੇ ਅਨੁਸਾਰ ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਸੀ ਫਿਲਹਾਲ ਇਹਨਾਂ ਸ਼ੂਟਰਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਕਿ ਕਿੱਥੇ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਇਹਦੇ ਤੋਂ ਪਹਿਲਾਂ ਦਿੱਲੀ ਪੁਲਿਸ ਵੀ ਲੌਰੈਂਸ ਵਿਸ਼ਨੋਈ ਨੂੰ ਮੂਸੇਵਾਲਾ ਕਤਲकांड ਦੇ ਵਿੱਚ ਮਾਸਟਰਮਾਈਂਡ ਕਰਾਰ ਦੇ ਚੁੱਕੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਇਸ ਹਾਈ ਪ੍ਰੋਫਾਈਲ ਕਤਲकांड ਦੇ ਵਿੱਚ 10 ਮੁਲਜ਼ਮ ਗ੍ਰਿਫਤਾਰ ਕੀਤੇ ਹੋਏ ਹੈ ਇਹਦੇ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਜਿੰਨੀ ਕੁ ਜਾਂਚ ਪੜਤਾਲ ਕਰਨੀ ਸੀ ਕੀਤੀ ਸੀ ਤੇ ਆਖਰਕਾਰ ਲੌਰੈਂਸ ਨੂੰ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲਈ ਹੈ ਤੇ ਸਟੇਟਸ ਰਿਪੋਰਟ ਦੇ ਵਿੱਚ ਸੰਖੇਪ ਦੇ ਵਿੱਚ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਤਾਂ ਕਿ ਇਸ ਕੇਸ ਨੂੰ ਥੋੜਾ ਜਿਹਾ ਸਮਝਣਾ ਸੁਖਾਲਾ ਹੋ ਜੇ ਉਹਦੇ ਵਿੱਚ ਸੰਦੀਪ ਕੇਕੜਾ ਜਿਸ ਨੇ ਫੈਨ ਬਣ ਕੇ ਮੂਸੇ ਵਾਲੇ ਦੀ ਰੇਕੀ ਕੀਤੀ ਫਿਰ ਉਹ ਸਾਰੀ ਜਾਣਕਾਰੀ ਸ਼ਾਰਪ ਸ਼ੂਟਰਾਂ ਨੂੰ ਵੀ ਦਿੱਤੀ ਅਤੇ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਉਹਦਾ ਇਹ ਜਿੰਮਾ ਲਾਇਆ ਸੀ ਉਹਨਾਂ ਨੂੰ ਵੀ ਜਾਣਕਾਰੀਆਂ ਦੰਦਾਰਿਆ ਇੱਕ ਕਹਾਣੀ ਵਿੱਚ ਮਨਪ੍ਰੀਤ ਮੰਨਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਮੰਨਾ ਨੇ ਆਪਣੀ ਕਰੋਲਾ ਗੱਡੀ ਨੂੰ ਮਨਪ੍ਰੀਤ ਭਾਉ ਤੱਕ ਪਹੁੰਚਾਇਆ ਸੀ ਤੇ ਬਾਅਦ ਦੇ ਵਿੱਚ ਜਿਸ ਦਾ ਇਸਤੇਮਾਲ ਸ਼ਾਰਪ ਸ਼ੂਟਰਾਂ ਨੇ ਕਤਲ ਕਾਂਡ ਦੇ ਵਿੱਚ ਕੀਤਾ ਸੀ ਤੇ ਇੱਕ ਸਰਾਜ ਮਿੰਟੂ ਇਹ ਵੀ ਜੇਲ੍ਹ ਦੇ ਵਿੱਚ ਬੰਦਾ ਹੈ ਮਿੰਟੂ ਨੇ ਮਨਪ੍ਰੀਤ ਭਾਉ ਨਾਲ ਸੰਪਰਕ ਕੀਤਾ ਸੀ ਤੇ ਉਹਨੇ ਮਨਪ੍ਰੀਤ ਨੂੰ ਇੱਕ ਕਰੋਲਾ ਗੱਡੀ ਅੱਗੇ ਦੋ ਹੋਰ ਮੁਲਜ਼ਮਾ ਨੂੰ ਦੇਣ ਵਾਸਤੇ ਆਖਿਆ ਸੀ ਤੇ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਐ ਤੇ ਇਹ ਵੀ ਪਤਾ ਲੱਗਾ ਸੀ ਕਿ ਮਿੰਟੂ ਗੋਲਡੀ ਬਰੜਾ ਅਤੇ ਸਚੰਦ ਦਾ ਕਰੀਬੀਆਂ ਚੋਂ ਇੱਕ ਬੰਦਾ ਹੈ ਮਨਪ੍ਰੀਤ ਭਾਉ ਉਹ ਹੈ ਜਿਹਨੇ ਮੰਨਾ ਦੀ ਭੇਜੀ ਕਰੋਲਾ ਗੱਡੀ ਲਈ ਫਿਰ ਮਿੰਟੂ ਦੇ ਕਹਿਣ ਤੇ ਅੱਗੇ ਦੋ ਹੋਰ ਵਿਅਕਤੀਆਂ ਤੱਕ ਪੁੱਛਦੀ ਕੀਤੀ ਤੇ ਇੱਕ ਇਹਨਾਂ ਚ ਪਰਵਦੀਪ ਪੱਬੀ ਪੱਬੀ ਨੇ 골ਡੀ ਬਰਾੜ ਤੇ ਦੋ ਸਾਥੀਆਂ ਨੂੰ ਪਨਾਹ ਵੀ ਦਿੱਤੀ ਇਹ ਦੋਵੇਂ ਜਨਵਰੀ 2022 ਦੇ ਵਿੱਚ ਹਰਿਆਣਾ ਚ ਆਏ ਸੀ ਤੇ ਹਰਿਆਣਾ ਤੋਂ ਫਿਰ ਇਹ ਪੰਜਾਬ ਚ ਆਇਆ ਇਹਨਾਂ ਦੋਵਾਂ ਨੇ ਵੀ ਮੂਸੇਵਾਲਾ ਦੇ ਘਰ ਤੇ ਆਸ-ਪਾਸ ਦੇ ਰਸਤਿਆਂ ਦੀ ਰੇਕੀ ਕੀਤੀ ਪੱਬੀ ਦਾ ਅਦਾਲਤ ਨੇ ਬੀਤੇ ਦਿਨੀ 3 ਦਿਨ ਦਾ ਰਮਾਂਡ ਲੈ ਲਿਆ ਸੀ ਪੁਲਿਸ ਉਸ ਤੋਂ ਸ਼ਾਰਪ ਸ਼ੂਟਰਾਂ ਦੇ ਨਾਮ ਪੱਤਿਆਂ ਦੀ ਜਾਣਕਾਰੀ ਹਾਸਲ ਕਰਨ ਲੱਗੀ ਹੋਈ ਹੈ ਤੇ ਇੱਕ ਹੈਨਾ ਚ ਮੋਨੂ ਡਾਗਰ ਮੋਨੂ ਡਾਗਰ ਨੇ 골ਡੀ ਬਰਾੜ ਦੇ ਕਹਿਣ ਤੇ ਦੋ ਸ਼ੂਟਰ ਮਹਈਆ ਕਰਵਾਏ ਸੀ ਤੇ ਫਿਰ ਉਹਨਾਂ ਨੇ ਆਪਣੀ ਇੱਕ ਟੀਮ ਬਣਾਈ ਤੇ ਉਹ ਟੀਮ ਬਣਾਉਣ ਦੇ ਵਿੱਚ ਵੀ ਮੋਨੂ ਡਾਗਰ ਨੇ ਉਹਨਾਂ ਦੀ ਮਦਦ ਕੀਤੀ ਤੇ ਬਾਅਦ ਦੇ ਵਿੱਚ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮੂਸੇਵਾਲ ਦਾ ਕਤਲ ਕੀਤਾ ਇਹਨਾਂ ਚ ਨੇ ਪਵਨ ਵਿਸ਼ਨੋਈ ਅਤੇ ਨਸੀਬ ਇਹਨਾਂ ਦੋਵਾਂ ਦੇ ਉੱਤੇ ਦੋਸ਼ ਨੇ ਕਿ ਸ਼ਾਰਪ ਸ਼ੂਟਰਾਂ ਤੱਕ ਬਲੈਰੋ ਗੱਡੀ ਪਹੁੰਚਾਈ ਇਹਦੇ ਉੱਤੇ ਇਲਾਵਾ ਇਹਨਾਂ ਨੇ ਉਹਨਾਂ ਸ਼ੂਟਰਾਂ ਨੂੰ ਰਹਿਣ ਵਾਸਤੇ ਥਾਂ ਦਿੱਤੀ ਪਨਾਹ ਦਿੱਤੀ ਤੇ ਮਦਦ ਕਰਨ ਦੇ ਦੋਸ਼ ਇਹਨਾਂ ਤੇ ਨੇ ਸਟੇਟਸ ਰਿਪੋਰਟ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਪੰਜਾਬ ਪੁਲਿਸ ਨੇ ਕੀਤਾ ਹੈ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਲੌਰੈਂਸ ਬਿਸ਼ਨੋਈ ਤੇ ਅਸਲ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਅਤੇ ਲਗਾਤਾਰ ਉਧ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਿਸ਼ਨੋਈ ਆਖਿਆ ਜਾ ਰਿਹਾ ਕਿ ਕਈ ਤਰ੍ਹਾਂ ਦੇ ਰਾਜ਼ ਉਗਲ ਰਿਹਾ ਹੈ ਲੌਰੈਂਸ ਨੇ ਹੁਣ ਇਹ ਗੱਲ ਮੰਨ ਲਈ ਹੈ ਕਿ ਮੂਸੇ ਵਾਲੇ ਦਾ ਕਤਲ ਜ਼ਰੂਰ ਹੋਇਆ ਪਰ ਜਿਹੜੀ ਸਾਡੇ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਕਿ ਅਸੀਂ ਉਧ ਤੋਂ ਕੋਈ ਤਾਂ ਫਰੋਤੀ ਮੰਗੀ ਸੀ ਉਹ ਕਹਿੰਦਾ ਸਿੱਧੂ ਮੂਸੇਵਾਲ ਤੋਂ ਮੇਰੇ ਗੈਂਗ ਨੇ ਕਦੇ ਕੋਈ ਫਰੋਤੀ ਨਹੀਂ ਸੀ ਮੰਗੀ ਪਰ ਉਹਦੇ ਗੈਂਗ ਨੇ ਮੁਹਾਲੀ ਦੇ ਵਿੱਚ ਜਿਹੜਾ ਇੱਕ ਕਤਲ ਹੋਇਆ ਸੀ ਵਿੱਕੀ ਮਿੱਡੂ ਖੇੜਾ ਦਾ ਖੂਨ ਦਾ ਬਦਲਾ ਕਹਿੰਦੇ ਖੂਨ ਉਹ ਕਤਲ ਦਾ ਬਦਲਾ ਸੀ ਜ਼ਰੂਰ ਲਿਆ ਦੱਸਣਾ ਬਣਦਾ ਕਿ ਵਿੱਕੀ ਮਿੱਡੂ ਖੇੜਾ ਲੌਰੈਂਸ ਦਾ ਕਾਲਜ ਸਮੇਂ ਤੋਂ ਮਿੱਤਰ ਸੀ ਤੇ ਵਿੱਕੀ ਮਿੱਡੂ ਖੇੜਾ ਨੂੰ ਲੌਰੈਂਸ ਆਪਣਾ ਭਰਾ ਸਮਝਦਾ ਸੀ ਜਿਸ ਤੇ ਇਹ ਕਰਕੇ ਉਹਦੇ ਕਤਲ ਦਾ ਬਦਲਾ ਉਹ ਲੈਣਾ ਚਾਹੁੰਦੇ ਸੀ ਖਾਸ ਕਰਕੇ ਵਿੱਕੀ ਮਿੱਡੂ ਖੇੜਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਆਪਸ ਦੇ ਵਿੱਚ ਜ਼ਿਆਦਾ ਤਕਰਾਰ ਹੋਇਆ ਦੱਸਣਾ ਬਣਦਾ ਕਿ ਲੌਰੈਂਸ ਨੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਮੰਨਿਆ ਸੀ ਕਿ ਉਸ ਨੂੰ ਜੋਧਪੁਰ ਤੋਂ ਫੋਨ ਵੀ ਕੀਤਾ ਗਿਆ ਲੌਰੈਂਸ ਨੇ ਇਹ ਵੀ ਮੰਨਿਆ ਕਿ ਮੂਸੇਵਾਲਾ ਦੇ ਕਤਲ ਵਾਸਤੇ ਉਹਨਾਂ ਨੇ ਕੋਈ ਤਰੀਕ ਨਿਰਧਾਰਤ ਨਹੀਂ ਸੀ ਕੀਤੀ ਹੋਈ ਪਰ ਮਾਰਨਾ ਜ਼ਰੂਰ ਚਾਹੁੰਦੇ ਸੀ ਪਰ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਅੱਜ ਮੂਸੇਵਾਲਾ ਦਾ ਕਤਲ ਹੋ ਵੀ ਚੁੱਕਿਆ ਇਸ ਕਤਲकांड ਵਿੱਚ ਉਹਨੇ ਆਪਣੀ ਭੂਮਿਕਾ ਨੂੰ ਲੈ ਕੇ ਹਾਲੇ ਮੁਕੰਮਲ ਤੌਰ ਤੇ ਇਨਕਾਰ ਕੀਤਾ ਕਿ ਮੇਰਾ ਕੋਈ ਹੱਥ ਨਹੀਂ ਹਾਲਾਂਕਿ ਪੰਜਾਬ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੂਸੇਵਾਲ ਦੇ ਕਤਲकांड ਦੇ ਵਿੱਚ ਮਾਸਟਰਮਾਈਂਡ ਭਾਵ ਸਾਜ਼ਿਸ਼ ਕਾੜਾ ਲੌਰੈਂਸ ਬਿਸ਼ਨੋਈ ਹੋਈ ਹੈ ਹੁਣ ਕਤਲ ਉਹ ਕਹਿੰਦੇ ਨੇ ਕਿ ਲੌਰੈਂਸ ਦੇ ਕਹਿਣ ਤੇ ਕੀਤਾ ਗਿਆ ਉੱਥੇ ਹੀ ਇੱਕ ਹੋਰ ਹੁਣ ਗੈਂਗਸਟਰ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਕਿਸ ਨੇ ਹੋਰ ਸੂਹ ਨਹੀਂ ਦਿੱਤੀ ਲੌਰੈਂਸ ਦੇ ਇਸ ਪੁੱਛ ਪੜਤਾਲ ਦੇ ਵਿੱਚ ਇੱਕ ਵਿਅਕਤੀ ਦੇ ਨਾਮ ਦਾ ਖੁਲਾਸਾ ਕੀਤਾ ਹੈ ਅਤੇ ਲੌਰੈਂਸ ਦੇ ਕਹਿਣ ਤੋਂ ਬਾਅਦ ਪੰਜਾਬ ਪੁਲਿਸ ਨੇ ਬਿਹਾਰ ਦੇ ਗੋਪਾਲ ਗੰਜ ਤੋਂ ਗੈਂਗਸਟਰ ਮੁਹੰਮਦ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੌਰੈਂਸ ਗੈਂਗ ਨੂੰ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਮੂਸੇ ਵਾਲੇ ਤੇ ਦੋ ਤਰ੍ਹਾਂ ਦੇ ਸ਼ੱਕ ਆ। ਉਹ ਸ਼ੱਕ ਕਿਹੜੇ ਸੀ? ਪਹਿਲਾ ਇਹ ਕਿ ਉਹਨੇ ਮਿੱਡੂ ਖੇੜਾ ਦੇ ਕਤਲ ਕਰਨ ਵਾਲੇ ਗੈਂਗ ਨੂੰ ਫਾਈਨੈਂਸ਼ੀਅਲੀ ਸਪੋਰਟ ਕੀਤੀ ਹੈ। ਸ਼ਾਰਪ ਸ਼ੂਟਰਾਂ ਨੂੰ ਮੂਸੇ ਵਾਲੇ ਨੇ ਪਨਾਹ ਦਿੱਤੀ ਹੈ। ਪਹਿਲਾ ਸ਼ੱਕ ਤਾਂ ਇਹ ਹੈ। ਦੂਸਰਾ ਸ਼ੱਕ ਇਹ ਕੀਤਾ ਜਾਂਦਾ ਸੀ ਕਿ ਵਿੱਕੀ ਮਿੱਡੂ ਖੜਾ ਦੇ ਕਤਲ ਦੇ ਨਾਲ ਸੰਬੰਧਤ ਸ਼ਗਨਪ੍ਰੀਤ ਜਿਸ ਦਾ ਨਾਮ ਦਰਜ ਕੀਤਾ ਗਿਆ ਨਾਮਜ਼ਦ ਕੀਤਾ ਗਿਆ ਕਿ ਉਹ ਮੂਸੇਵਾਲ ਦਾ ਮੈਨੇਜਰ ਭਾਵ ਮੂਸੇਵਾਲ ਦਾ ਕਰੀਬੀ ਸੀ ਇਸ ਪਿੰਕ ਲੱਗਣ ਤੋਂ ਬਾਅਦ ਕਿ ਉਹਦਾ ਨਾਮ ਆ ਗਿਆ ਤੇ ਮੇਰੇ ਵੱਲ ਨਾਲ ਇਹ ਸਾਰਾ ਕੁਝ ਆ ਜਾਏ ਸ਼ਗਨਪ੍ਰੀਤ ਆਸਟ੍ਰੇਲੀਆ ਦੌਰ ਗਿਆ ਤੇ ਲੌਰੈਂਸ ਗੈਂਗ ਦਾ ਸ਼ੱਕ ਇਹ ਹੈ ਕਿ ਜਿੱਥੇ ਉਹ ਮੂਸੇਵਾਲ ਦਾ ਕਰੀਬੀ ਸੀ ਉੱਥੇ ਸ਼ਗਨ ਪ੍ਰੀਤ ਨੂੰ ਆਸਟ੍ਰੇਲੀਆ ਭੇਜਣ ਵਿੱਚ ਦੜਾਉਣ ਦੇ ਵਿੱਚ ਵੀ ਮੂਸੇਵਾਲਾ ਨੇ ਖੁਦ ਮਦਦ ਕੀਤੀ ਹੈ ਤਾਂ ਕਿ ਉਹ ਪੁਲਿਸ ਤੇ ਅੜਿੱਕੇ ਨਾ ਜੇ ਅਤੇ ਰਾਜ ਖੁੱਲ ਨਾ ਜਾਣ ਇਹਦੇ ਨਾਲ ਹੀ ਲਾਰੈਂਸ ਗੈਂਗ ਨੂੰ ਇਹ ਵੀ ਯਕੀਨ ਹੈ ਕਿ ਮੂਸੇਵਾਲਾ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਵੀ ਜੁੜਿਆ ਹੋਇਆ ਸੀ ਉਹ ਅਕਸਰ ਆਪਣੇ ਗੀਤਾਂ ਦੇ ਵਿੱਚ ਹਥਿਆਰ ਦਿਖਾਉਂਦਾ ਸੀ ਉਹ ਕਹਿੰਦੇ ਇੱਕ ਕਿਸਮ ਦੇ ਉਹ ਹਥਿਆਰ ਉਹਨਾਂ ਦੇ ਦਿਖਾ ਕੇ ਸਾਨੂੰ ਚੈਲੰਜ ਕਰਦਾ ਸੀ ਜਿਸ ਤੇ ਕਾਰਨ ਉਹ ਕਹਿੰਦੇ ਸਾਡਾ ਗਰੁੱਪ ਜਾਦਾ ਤੈਸ਼ ਵਿੱਚ ਆਇਆ ਜਿੱਥੋਂ ਕਿਤੋਂ ਵੀ ਸੂਹਾਂ ਮਿਲਦੀਆਂ ਨੇ ਉਹਨਾਂ ਦੇ ਅਨੁਸਾਰ ਕਿ ਲੌਰੈਂਸ ਜਾਂ ਉਹਦੇ ਸਾਥੀ ਕਿਸੇ ਪ੍ਰਮੁੱਖ ਸਾਥੀ ਨੇ ਮੂਸੇ ਵਾਲੇ ਨੂੰ ਫੋਨ ਵੀ ਕੀਤਾ ਸੀ ਤੇ ਅੱਗਿਓ ਮੂਸੇ ਵਾਲੇ ਨੇ ਆਖ ਦਿੱਤਾ ਸੀ ਕਿ ਡਰਦਾ ਡਰਦਾ ਨਹੀਂ ਗਨ ਹਮੇਸ਼ਾ ਲੋਡ ਰੱਖਦਾ ਹੈ ਜਿੱਥੇ ਮਰਜੀ ਟੱਕਰ ਲਿਓ ਇਹਦੇ ਤੋਂ ਬਾਅਦ ਲੌਰੈਂਸ ਗੈਂਗ ਸਿੱਧੂ ਮੂਸੇਵਾਲੇ ਦੇ ਖਿਲਾਫ ਹੋਰ ਪੜਕਿਆ ਤੇ ਹੁਣ ਤੱਕ ਦੀ ਜਾਂਚ ਪੜਤਾਲ ਦੇ ਵਿੱਚੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲ ਦੇ ਕਤਲ ਤੋਂ 2 ਮਹੀਨੇ ਪਹਿਲਾਂ ਤੱਕ ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਨਾਲ ਲਾਰੈਂਸ ਦੀ ਗੱਲ ਅਕਸਰ ਹੁੰਦੀ ਰਹਿੰਦੀ ਸੀ ਅਤੇ ਇਸ ਕਤਲकांड ਦੀ ਸਾਜ਼ਿਸ਼ ਵੀ ਉਹਨਾਂ ਸਮਿਆਂ ਦੇ ਦੌਰਾਨ ਹੀ ਘੜੀ ਗਈ ਹਾਲਾਂਕਿ ਲਾਰੈਂਸ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਕਿ ਤਿਹਾਰ ਦੇਲ ਦੇ ਵਿੱਚ ਤੇ ਉਹ ਕਹਿੰਦਾ ਸਖਤੀ ਹੈ ਇਸ ਵਾਸਤੇ ਮੈਂ ਉੱਥੇ ਮੋਬਾਈਲ ਦਾ ਇਸਤੇਮਾਲ ਨਹੀਂ ਸੀ ਕਰਦਾ ਇਸ ਕਤਲकांड ਦੇ ਵਿੱਚ ਹਾਲੇ ਵੀ ਇਹ ਬੁਝਾਰਤ ਬਣੀ ਹੋਈ ਹੈ ਕਿ ਮੂਸੇਵਾਲ ਦੇ ਕਤਲकांड ਦੇ ਵਿੱਚ ਵਰਤੇ ਗਏ ਹਥਿਆਰ ਕਿੱਥੋਂ ਆਏ ਕੌਣ ਲਿਆਇਆ ਪਰ ਕੁਝ ਰਿਪੋਰਟਸ ਦੇ ਆਧਾਰ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਹਥਿਆਰ ਸਰਹੱਦ ਪਾਰ ਤੋਂ ਭਾ ਪਾਕਿਸਤਾਨ ਤੋਂ ਆਏ ਤਿਹਾਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਹਨਾਂ ਜੱਗੂ ਭਗਵਾਨਪੁਰੀਆ ਤੋਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਤੇ ਉਸ ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਕਿ ਜੱਗੂ ਭਗਵਾਨਪੁਰੀਆ 22 ਫਰਵਰੀ ਤੱਕ ਤਿਹਾਰ ਜੇਲ੍ਹ ਦੇ ਵਿੱਚ ਲੌਰੈਂਸ ਦੇ ਨਾਲ ਹੀ ਬੰਦ ਸੀ ਤੇ ਉਸੇ ਸਮੇਂ ਦੇ ਦੌਰਾਨ ਇਹਨਾਂ ਦੀ ਗੱਲ ਗੋਲਡੀ ਬਰਾੜ ਦੇ ਨਾਲ ਹੁੰਦੀ ਹੁੰਦੀ ਸੀ ਗੋਲਡੀ ਬਰਾੜ ਨੇ ਫਿਰ ਕੁਝ ਹਥਿਆਰ ਮੰਗਵਾਏ ਅਤੇ ਅੱਗੇ ਸਪਲਾਈ ਕਰਵਾ ਦਿੱਤੇ ਹਾਲਾਂਕਿ ਇਸ ਦੀ ਭਿੰਨਕ ਪੈਂਦੀਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜੱਗੂ ਭਗਵਾਨਪੁਰਿਆ ਦੀ ਬੈਰਕ ਫਿਰ ਕਹਿੰਦੇ ਬਦਲ ਦਿੱਤੀ ਹੁਣ ਤੱਕ ਦੀ ਜਾਂਚ ਦੇ ਵਿੱਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਦੇ ਪੰਜ ਗੈਂਗਸਟਰ ਨੇ ਜਿਨ੍ਹਾਂ ਨੇ ਮਿਲ ਕੇ ਮੂਸੇਵਾਲ ਦੇ ਕਤਲ ਕਰਨ ਦੀ ਸਾਜ਼ਿਸ਼ ਘੜੀ ਅਤੇ ਉਹਨੂੰ ਫਿਰ ਆਖਰ ਤੱਕ ਅਨਜਾਨ ਦਿੱਤਾ ਇਹਦੇ ਵਿੱਚ ਲਾਰੈਂਸ ਦੇ ਨਾਲ ਨਾਲ ਗੋਲਡੀ ਬਰਾੜ ਸਚਨ ਥਾਪਨ ਅਨਮੋਲ ਬਿਸ਼ਨੋਈ ਅਤੇ ਵਿਕਰਮ ਬਰਾੜ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਤਿਹਾਰ ਜੇਲ੍ਹ ਦੇ ਵਿੱਚ ਸੀ ਉੱਥੇ ਉਹਨੇ ਸਾਜ਼ਿਸ਼ ਘੜਨ ਦੇ ਵਿੱਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦबई ਵਿੱਚ ਰਹਿੰਦੇ ਵਿਕਰਮ ਬਰਾੜ ਨੂੰ ਆਪਣੇ ਨਾਲ ਇਸ ਸਾਜ਼ਿਸ਼ ਦਾ ਹਿੱਸਾ ਬਣਾਇਆ ਤੇ ਭਾਗ ਇਹਨਾਂ ਨੇ ਸਾਜ਼ਿਸ਼ ਘੜੀ ਤੇ ਫਿਰ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਅਨਮੋਲ ਬਿਸ਼ਨੋਈ ਅਤੇ ਸਚਨ ਥਾਪਨ ਨੇ ਪੂਰੀ ਸਾਜ਼ਿਸ਼ ਉਹਦੇ ਵਿੱਚ ਅਹਿਮ ਭੂਮਿਕਾ ਇਹਨਾਂ ਦੋਵਾਂ ਦੀ ਰਹੀ ਤੇ ਹੁਣ ਇਹ ਵੀ ਦੱਸਿਆ ਗਿਆ ਕਿ ਦੋਵੇਂ ਇਸ ਵਕਤ ਇਹ ਯੂਰਪ ਦੇ ਵਿੱਚ ਨੇ ਇਹਨਾਂ ਪੰਜਾਂ ਨੇ ਮਿਲ ਕੇ ਮੂਸੇ ਵਾਲਾ ਦੀ ਰੇਕੀ ਤੋਂ ਲੈ ਕੇ ਕਤਲकांड ਨੂੰ ਅੰਜਾਮ ਦੇਣਾ ਸ਼ਾਰਪ ਸ਼ੂਟਰਸ ਨੂੰ ਹਰ ਤਰ੍ਹਾਂ ਦੀ ਸਹੂਲਤ ਮਹੱਈਆ ਕਰਵਾਉਣੀ ਹਰ ਤਰ੍ਹਾਂ ਦੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾਂਚ ਪੜਤਾਲ ਦੇ ਵਿੱਚ ਇਹਨਾਂ ਅਹਿਮ ਗੱਲਾਂ ਦਾ ਖੁਲਾਸਾ ਹੋ ਚੁੱਕਿਆ ਹੈ ਤੇ ਇਹਦੇ ਵਿੱਚੋਂ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਿ ਲਾਰੈਂਸ ਗੈਂਗ ਮੁਖਸੇ ਵਾਲਾ ਨੂੰ ਇਸ ਕਦਰ ਖਤਮ ਕਰਨਾ ਚਾਹੁੰਦਾ ਸੀ ਕਿ ਜਿਹੜੀ ਉਹਨੇ ਗੱਡੀ ਬੁਲਟ ਪ੍ਰੂਫ ਫੋਰਚੂਨਰ ਤਿਆਰ ਕਰਵਾਈ ਸੀ ਕਿ ਜੇਕਰ ਕਿਤੇ ਹੋਰ ਕੰਮ ਸੂਤ ਹੀ ਨਾ ਆਇਆ ਤਾਂ ਬੁਲਟ ਪ੍ਰੂਫ ਗੱਡੀ ਵਿੱਚ ਵੀ ਉਹਦਾ ਕਤਲ ਜ਼ਰੂਰ ਕਰ ਦੇਣਾ ਹੈ ਸ਼ਾਇਦ ਇਹੀ ਵਜ੍ਹਾ ਸੀ ਕਿ ਰੂਸੀ ਵੈਪਨ AN94 ਦਾ ਇਸਤੇਮਾਲ ਕੀਤਾ ਗਿਆ ਤੇ ਇਹ ਵੀ ਖਬਰਾਂ ਨੇ ਕਿ ਉਹ ਗਨ ਇਸ ਕਰਕੇ ਲਿਆਂਦੀ ਸੀ ਕਿ ਬੁਲਟ ਪ੍ਰੂਫ ਗੱਡੀ ਨੂੰ ਵੀ ਬੇਅਸਰ ਕੀਤਾ ਜਾ ਸਕੇ ਪਰ ਇਸ ਗੱਲ ਨੂੰ ਲੈ ਕੇ ਲਗਾਤਾਰ ਸਵਾਲ ਵੀ ਉੱਠ ਰਹੇ ਨੇ ਕਿ ਕੀ ਸੱਚਮੁੱਚ AN94 ਦਾ ਇਸਤੇਮਾਲ ਹੋਇਆ ਵੀ ਜਾਂ ਨਹੀਂ ਕਿਉਂਕਿ ਅਮਰੀਕਾ ਵਿੱਚ ਰਹਿੰਦਾ ਇੱਕ ਹਥਿਆਰਾਂ ਦਾ ਡੀਲਰ ਅਤੇ ਸਿੱਧੂ ਮੂਸੇਵਾਲ ਦਾ ਦੋਸਤ ਹੈ ਵਿੱਕੀ ਮਾਨ ਸਲੌਦੀ ਵਿੱਕੀ ਮਾਨ ਸਲੌਦੀ ਨੇ ਦਾਅਵਾ ਕੀਤਾ ਹੈ ਕਿ ਮੂਸੇਵਾਲ ਦੇ ਕਤਲ ਦੇ ਵਿੱਚ AN94 ਦਾ ਇਸਤੇਮਾਲ ਕਰਨਾ ਮੁਮਕਿਨ ਨਹੀਂ ਉਹਨਾਂ ਨੇ ਦਾਅਵਾ ਇਹ ਕੀਤਾ ਹੈ ਕਿ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਤੁਹਾਨੂੰ ਦੱਸ ਸਕਦਾ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ AN94 ਮਹੱਈਆ ਨਹੀਂ ਹੁੰਦੀ ਇਹ ਵੀ ਪਤਾ ਲੱਗਿਆ ਕਿ ਫੋਰਚੂਨਰ ਜਿਹੜੀ ਮੂਸੇਵਾਲਾ ਨੇ ਬੁਲਟ ਪ੍ਰੂਫ ਕਰਵਾਈ ਸੀ ਕਿ ਕਿਸ ਹੱਦ ਤੱਕ ਬੁਲਟ ਪ੍ਰੂਫ ਹੈ ਇਹ ਜਾਣਨ ਦੇ ਵਾਸਤੇ ਗੈਂਗਸਟਰ ਜਿੱਥੋਂ ਜਲੰਧਰ ਦੇ ਵਿੱਚੋਂ ਉਹ ਗੱਡੀ ਤਿਆਰ ਕਰਵਾਈ ਗਈ ਸੀ ਬੁਲਟ ਪ੍ਰੂਫ ਕਰਵਾਈ ਗਈ ਸੀ ਇਹ ਗੈਂਗਸਟਰਾਂ ਦਾ ਟੋਲਾ ਉੱਥੇ ਵੀ ਜਾ ਕੇ ਆਇਆ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਰਾਇਫਲ ਕਿਹੜਾ ਵੈਪਨ ਉਸ ਬੁਲਟ ਪ੍ਰੂਫ ਗੱਡੀ ਨੂੰ ਬਿਆਸਰ ਕਰ ਸਕਦਾ ਤੇ ਦੂਸਰੇ ਪਾਸੇ ਖਬਰਾਂ ਤਾਂ ਇਹ ਵੀ ਨੇ ਕਿ ਮੂਸੇ ਵਾਲੇ ਨੂੰ ਆਪਣੇ ਉੱਤੇ ਕਾਤਲਾਨਾ ਹਮਲਾ ਹੋਣ ਦਾ ਪਤਾ ਸੀ ਤੇ ਹਮੇਸ਼ਾ ਡਰ ਰਹਿਂਦਾ ਸੀ ਤੇ ਇਹਦੇ ਵਾਸਤੇ ਉਹ ਆਪਣੇ ਬਚਾਦੀਆਂ ਤਿਆਰੀਆਂ ਵੀ ਕਰਦਾ ਸੀ ਉਹਨੇ ਆਪਣੀ ਗੱਡੀ ਬੁਲਟ ਪ੍ਰੂਫ ਕਰਾਈ ਇਸ ਗੱਲ ਦਾ ਸਬੂਤ ਹੈ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਮੇਰੇ ਨਾਲ ਉਹਨੇ ਗੱਲਬਾਤ ਕਰਦਿਆਂ ਕਿੱਸੇ ਕਿ ਮੈਨੂੰ ਡਰ ਹੈ ਮੇਰੇ ਤੇ ਜਾਨਲੇਵਾ ਹਮਲਾ ਹੋ ਸਕਦਾ ਹੈ ਤੇ ਫਿਰ ਅਮਰੀਕਾ ਤੋਂ ਬੁਲਟ ਪ੍ਰੂਫ ਜੈਕਟ ਮਗਵਾਉਣਾ ਇਹ ਸਾਰੀਆਂ ਇਸ ਗੱਲ ਵੱਲ ਇਸ਼ਾਰੇ ਕਰਦੀਆਂ ਨੇ ਕਿ ਮੂਸੇ ਵਾਲੇ ਨੂੰ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਇਲਮ ਸੀ ਬੀਤੇ ਸਤੰਬਰ ਮਹੀਨੇ ਅਮਰੀਕਾ ਦੇ ਇੱਕ ਡੀਲਰ ਤੋਂ ਜਿਸ ਦਾ ਨਾਮ ਵਿੱਕੀ ਮਾਨ ਸਲੌਦੀ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀ ਕਹਿੰਦੇ ਆ ਕਿ ਉਹਦੇ ਨਾਲ ਉਹਨੇ ਗੱਲਬਾਤ ਕੀਤੀ ਆ ਵਿੱਕੀ ਮਾਨ ਸਲੌਦੀ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਸਿੱਧੂ ਮੂਸੇ ਵਾਲੇ ਦੀ ਉਹਦੇ ਨਾਲ ਗੱਲਬਾਤ ਹੋਈ ਸੀ ਗੱਲਬਾਤ ਕਰਨ ਤੋਂ ਬਾਅਦ ਲੈਵਲ 3 ਹਾਰਡ ਬੁਲਟ ਜੈਕਟ ਖਰੀਦਣ ਵਾਸਤੇ ਸਿੱਧੂ ਮੂਸੇਵਾਲਾ ਰਾਜ਼ੀ ਹੋ ਗਿਆ ਸੀ ਦੱਸਣਾ ਬਣਦਾ ਕਿ ਜਿਹੜੀ ਇਹ ਜੈਕਟ ਹੈ ਜਿਸ ਦਾ ਵਿਕੀਮਾਨ ਸਲੌਦੀ ਜ਼ਿਕਰ ਕਰਦੇ ਨੇ ਜਿਹਨੂੰ ਸਿੱਧੂ ਮੂਸੇਵਾਲਾ ਖਰੀਦਣ ਵਾਸਤੇ ਰਾਜ਼ੀ ਹੋਇਆ ਸੀ ਉਹਦੇ ਵਿੱਚ ਐਸ ਐਲ ਆਰ ਦੀ ਗੋਲੀ ਵੀ ਅਸਰ ਨਹੀਂ ਕਰਦੀ ਉਹਨੂੰ ਵੀ ਰੋਕ ਲੈਂਦੀ ਹੈ ਤੇ ਮੂਸੇਵਾਲੇ ਨੇ ਕਿਹਾ ਸੀ ਕਿ ਉਹਦਾ ਦੋਸਤ ਆਊਗਾ ਤੁਹਾਨੂੰ ਮਿਲੇਗਾ ਤੁਹਾਡੇ ਕੋਲੋਂ ਇਹ ਜੈਕਟ ਲੈ ਕੇ ਜਾਊਗਾ ਪਰ ਹਾਲਾਂਕਿ ਉਹਦਾ ਦੋਸਤ ਨਾ ਜੈਕਟਲੈਂਡ ਪਹੁੰਚਿਆ ਤੇ ਨਾ ਉਹ ਜੈਕਟ ਸਿੱਧੂ ਮੂਸੇਵਾਲੇ ਕੋਲ ਪਹੁੰਚੀ ਤੇ ਆਖਰਕਾਰ ਸਿੱਧੂ ਮੂਸੇਵਾਲੇ ਦਾ ਇਹਦੇ ਤੋਂ ਪਹਿਲਾਂ ਕਿ ਉਹਦੇ ਕੋਲ ਉਹ ਜੈਕਟ ਪਹੁੰਚਦੀ ਕਤਲ ਹੋ ਗਿਆ ਹੁਣ ਲਾਰੈਂਸ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ 7 ਦਿਨ ਦਾ ਰਿਮਾਂਡ ਮਿਲਿਆ ਸੀ 3 ਦਿਨ ਉਹ ਤਾਂ ਪੁੱਛਗਿੱਛ ਹੋ ਚੁੱਕੀ ਆ 4ਵੇਂ ਦਿਨ ਦੇ ਵਿੱਚ ਪੁੱਛਗਿੱਛ ਹੈ ਖਬਰਾਂ ਨੇ ਕਿ ਤੇਜ਼ੀ ਲਿਆਂਦੀ ਗਈ ਹੈ ਸੀਆਈਏ ਸਟਾਫ ਖੜਨ ਦੇ ਵਿੱਚ ਆ ਲਾਰੈਂਸ ਤੋਂ ਚਾਰ ਗੈਂਗਸਟਰਾਂ ਨੂੰ ਸਾਹਮਣੇ ਬਿਠਾ ਲ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਕੁੱਲ 9 ਮੁਲਜ਼ਮ ਹੋਰ ਨੇ ਇਹਨਾਂ ਸਾਰਿਆਂ ਨੂੰ ਇਕੱਠਿਆਂ ਬਿਠਾ ਲ ਕੇ ਲਾਰੈਂਸ ਬਿਸ਼ਨੋਈ ਨਾਲ ਗੱਲਬਾਤ ਕੀਤੀ ਜਾਏਗੀ ਪੁੱਛ ਪੜਤਾਲ ਕੀਤੀ ਜਾਏਗੀ ਮੋਨੂ ਡਾਗਰ ਜਿਹੜੇ ਸ਼ਾਰਪ ਸ਼ੂਟਰ ਨੇ ਉਹਦੇ ਸਾਹਮਣੇ ਬਿਠਾ ਲ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਇਹ ਮੋਨੂ ਡਾਗਰ ਬਿਸ਼ਨੋਈ ਗੈਂਗ ਦਾ ਇੱਕ ਸ਼ਾਰਪ ਸ਼ੂਟਰ ਹੈ 골ਡੀ ਵਿਰਾੜ ਦੇ ਦੋ ਕਰੀਬੀਆਂ ਨੂੰ ਵੀ ਉਹਦੇ ਸਾਹਮਣੇ ਬਿਠਾ ਲ ਕੇ ਸਵਾਲ ਜਵਾਬ ਕਰ ਲਏ ਗਏ ਨੇ ਹੁਣ ਗੈਂਗਸਟਰ ਗਗਨਦੀਪ ਗੱਗੀ ਅਤੇ ਗੁਰਪ੍ਰੀਤ ਗੋਪੀ ਦੇ ਨਾਲ ਬਿਠਾਲ ਕੇ ਵੀ ਕਹਿੰਦੇ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਗੋਰਾ ਨੂੰ ਲਾਰੈਂਸ ਦੇ ਸਾਹਮਣੇ ਬਿਠਾਲ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਸਵਾਲ ਜਵਾਬ ਕੀਤੇ ਜਾ ਰਹੇ ਨੇ ਹੁਣ ਤੱਕ ਦੀ ਜਾਣਕਾਰੀ ਦੇ ਵਿੱਚੋਂ ਆਹ ਕਾਫੀ ਅਹਿਮ ਸੁਰਾਗ ਨਿਕਲ ਕੇ ਸਾਹਮਣੇ ਆ ਗਏ ਹੈ ਕਿ ਕਿੱਥੋਂ ਕੌਣ ਕਿਵੇਂ ਕਿਉਂਕਿ ਬਾਕੀ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਜਿਹੜੇ ਪੰਜਾਬ ਪੁਲਿਸ ਦੀ ਸਟੇਟਸ ਰਿਪੋਰਟ ਦੇ ਵਿੱਚ ਨੇ ਉਹਨਾਂ ਨੇ ਕਾਫੀ ਅਹਿਮ ਜਾਣਕਾਰੀਆਂ ਦੇ ਦਿੱਤੀਆਂ ਸੀ ਜਿਦੇ ਕਰਕੇ ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿ ਹੁਣ ਅਸੀਂ ਇਸ ਕੇਸ ਨੂੰ ਹੱਲ ਕਰਨ ਦੇ ਨੇੜੇ ਹੁੰਦੇ ਜਾ ਰਹੇ ਹਾਂ ਪਰ ਹਾਲੇ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਪਰਿਵਾਰ ਵੀ ਉਹਦੇ ਜਿਹੜੇ ਫੈਨ ਨੇ ਉਹ ਵੀ ਸੋਚਦੇ ਨੇ ਕਿ ਉਹ ਕਿਸ ਤਰ੍ਹਾਂ ਹੋਏਗਾ ਜਦੋਂ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਇੱਕ ਪ੍ਰੈਸ ਕਾਨਫਰੰਸ ਕਰਨਗੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਨਗੇ ਕਿ ਆ ਬੈਠਿਆ ਉਹ 4 ਜਾਂ 6 ਜਾਂ 8 ਜਾਂ 10 ਹੀ ਜਿੰਨੇ ਵੀ ਸ਼ਾਰਪ ਸ਼ੂਟਰ ਨੇ ਕਿ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ ਸਿੱਧੂ ਮੂਸੇਵਾਲੇ ਦੀ ਜਾਨ ਲਈ ਤੇ ਇਹਨਾਂ ਨੇ ਆਪਣਾ ਜ਼ੁਰਮ ਹੁਣ ਕਬੂਲ ਕੀਤਾ ਹੈ। ਵੇਖਦਿਆਂ ਕਿ ਪੰਜਾਬ ਪੁਲਿਸ ਦਾਅਵੇ ਤਾਂ ਕਰ ਰਹੀ ਹੈ ਕਿ ਰੋਜ਼ ਨਵੀਆਂ ਜਾਣਕਾਰੀਆਂ ਲੌਰੈਂਸ ਬਿਸ਼ਨੋਈ ਕੁਝ ਰਾਜ਼ ਉਗਲ ਵੀ ਰਿਹਾ ਹੈ ਅਤੇ ਕਈ ਸਵਾਲਾਂ ਦੇ ਜਵਾਬ ਤੋਂ ਉਹ ਟਾਲਮਟੋਲ ਵੀ ਕਰ ਰਹੀ ਹੈ। ਪਰ ਅਗਲੀ ਜਿਹੜੀ ਖਬਰ ਹੈ ਇਹ ਪੰਜਾਬ ਦੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਤ ਖਬਰ ਹੈ। ਹੁਣ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਜ਼ਿਕਰ ਕੀਤਾ ਸੀ ਕਿ ਸਾਧੂ ਸਿੰਘ ਧਰਮਸੋਧ ਤੋਂ ਬਾਅਦ ਪਟਾ ਪਾ ਲਿਆ ਗਿਆ ਹੈ। ਜੋਗਿੰਦਰ ਪਾਲ ਪੋਆ ਨੂੰ ਸਾਬਕਾ ਵਿਧਾਇਕ ਨੇ ਉਹ ਉਹਨਾਂ ਦੇ ਉੱਤੇ ਵੀ ਮਿੱਟੀ ਖਾਣ ਦਾ ਦੋਸ਼ ਲੱਗਿਆ ਹੈ ਨਜਾਇਜ਼ ਮਾਈਨ ਦਾ ਦੋਸ਼ ਲੱਗਿਆ ਹੈ ਤੇ ਹੁਣ ਖਬਰਾਂ ਨੇ ਕਿ ਚਮਕੌਰ ਸਾਹਿਬ ਦੇ ਨਜ਼ਦੀਕੀ ਜਿੰਦਾਪੁਰ ਫੋਰੈਸਟ ਏਰੀਆ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਜਾਂਚ ਦੇ ਦੌਰਾਨ ਵਿਜੀਲੈਂਸ ਬੀਰੋ ਦੀ ਟੀਮ ਨੂੰ ਕਈ ਸੁਰਾਗ ਤੇ ਉਹ ਵੀ ਅਹਿਮ ਅਹਿਮ ਸੁਰਾਗ ਹੱਥ ਲੱਗ ਗਏ ਨੇ ਅਹਿਮ ਸਬੂਤ ਹੱਥ ਲੱਗ ਗਏ ਨੇ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਇਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਜਿਸ ਤੇ ਕਿਸੇ ਵੀ ਕੀਮਤ ਦੇ ਵਿੱਚ ਮਾਈਨਿੰਗ ਹੋ ਹੀ ਨਹੀਂ ਸਕਦੀ ਆ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ ਕੀਮਤ ਤੇ ਉਸ ਜ਼ਮੀਨ ਦੇ ਟੁਕੜੇ ਦੇ ਉੱਤੇ ਮਾਈਨਿੰਗ ਨਹੀਂ ਸੀ ਹੋ ਸਕਦੀ ਪਰ ਸਿਆਸੀ ਅਕਾਮਾਂ ਦੇ ਦਮ ਤੇ ਬੜੀ ਬੇਦਰਦੀ ਨਾਲ ਉੱਥੇ ਮਾਈਨਿੰਗ ਹੁੰਦੀ ਰਹੀ ਕਾਲੀ ਕਮਾਈ ਹੁੰਦੀ ਰਹੀ ਸਿਰਫ ਜੰਗਲ ਆ ਦਰਖਤ ਪੇੜ ਪੌਦੇ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਸਗੋਂ ਵੱਡੀਆਂ ਵੱਡੀਆਂ ਮਸ਼ੀਨਾਂ ਲਗਾ ਕੇ ਕਈ-ਕਈ ਫੁੱਟ ਡੂੰਘੇ ਹੀਠਾ ਡੂੰਘਾਈ ਤੱਕਾ ਰੇਤਾ ਪੁੱਟਿਆ ਗਿਆ ਰੇਤਾ ਵੇਚਿਆ ਗਿਆ ਭਾਵ ਇਹ ਨਜਾਇਜ਼ ਮਾਈਨਿੰਗ ਉੱਥੇ ਕੀਤੀ ਗਈ ਦਸਣਾ ਬਣਦਾ ਕਿ ਰੋਪੜ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 10 ਜੂਨ ਨੂੰ ਗ੍ਰਿਫਤਾਰ ਕੀਤੇ ਗਏ ਸਨ ਪਿੰਡ ਸਾਲਾਪੁਰ ਦੇ ਰਹਿਣ ਵਾਲੇ ਇਕਬਾਲ ਸਿੰਘ ਇਕਬਾਲ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਦੇ ਕਰੀਬੀਆਂ ਚੋਂ ਵੀ ਕਰੀਬੀ ਮੰਨੇ ਜਾਂਦੇ ਆ ਤੇ ਹੁਣ ਸੰਭਾਵਨਾ ਇਹ ਬਣ ਗਈ ਹੈ ਕਿ ਵਿਜੀਲੈਂਸ ਬੀਰੋ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ ਜਾਣਾ ਹੈ ਦੱਸਣਾ ਬਣਦਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਕਰ ਲਈ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਪਰਤਾਂ ਲਗਾਤਾਰ ਉੱਦੜ ਰਹੀਆਂ ਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਸੀ ਕਿ ਜਿਹੜੇ ਕੁਝ ਜਾਂਚ ਅਧਿਕਾਰੀ ਸੀ ਹਾਈ ਲੈਵਲ ਦੇ ਉਨ੍ਹਾਂ ਦੇ ਖਿਲਾਫ ਵੀ ਬਹੁਤ ਕੁਝ ਵਿਜੀਲੈਂਸ ਵਿਭਾਗ ਨੂੰ ਮਿਲ ਗਿਆ ਤੇ ਇੱਕ ਦੋ ਦਿਨਾਂ ਨੇ ਪਟਾਕੇ ਕੁਝ ਇੱਕ ਹੋਰ ਵੱਡੇ ਪੈਣੇ ਨੇ ਤੇ ਨਾਲ ਹੀ ਇਹਦੇ ਤੋਂ ਬਾਅਦ ਇਹ ਵੀ ਖਬਰ ਹੈ ਕਿ ਚਮਕੌਰ ਸਾਹਿਬ ਦੇ ਵਣ ਰੇਜ ਅਧਿਕਾਰੀ ਦੀ ਸ਼ਿਕਾਇਤ ਦੇ ਉੱਤੇ ਹੀ ਉਰੋਪੜ ਜਿਹੜਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਤੇ ਬਰਾਮਦਗੀ ਕਰ ਲਈ ਗਈ ਸੀ ਵਿਜੀਲੈਂਸ ਵਿਭਾਗ ਨੂੰ ਪਤਾ ਲੱਗਿਆ ਕਿ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਦੇ ਵਿੱਚ ਜੰਗਲਾਤ ਦੀ ਨੋਟੀਫਾਈਡ ਭੂਮੀ ਤੋਂ ਨਜਾਇਜ਼ ਰੇਤ ਕੱਢਣ ਲਈ ਪੰਜਾਬ ਸਰਕਾਰ ਦੇ ਪੰਜਾਬ ਕੁਦਰਤੀ ਵਣੀ ਕੋਸ਼ ਪ੍ਰਧਾਨ ਅਤੇ ਯੋਜਨਾ ਅਥਾਰਟੀ ਜਿਸ ਨੂੰ ਪਨਕੈਂਪਾ ਕਹਿੰਦੇ ਆ ਪਨਕੈਂਪਾ ਦੇ ਪ੍ਰੋਗਰਾਮ ਦੇ ਤਹਿਤ ਵਣ ਵਿਭਾਗ ਦੇ ਬਨ ਉਹ ਲਗਾਏ ਗਏ ਰੁੱਖਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਇਹਦੇ ਤੋਂ ਇਲਾਵਾ ਉਸ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਭਾਰਤੀ ਵਣ ਐਕਟ ਤੇ ਵਣ ਸੁਰੱਖਿਆ ਐਕਟ ਦੀਆਂ ਤਰਾਵਾਂ ਵੀ ਲਾਗੂ ਹੁੰਦੀਆਂ ਸੀ ਭਾਵੇਂ ਉੱਥੇ ਮਿੱਟੀ ਪੁੱਟੀ ਨਹੀਂ ਸੀ ਜਾ ਸਕਦੀ ਪਰ ਉਹਦੇ باوجود ਵੀ ਜੰਗਲਾਤ ਦੀ ਜ਼ਮੀਨ ਤੇ ਰਾਜਨੀਤਕ ਸੁਰੱਖਿਆ ਮਿਲੀ ਹੋਈ ਸੀ ਭਾਈ ਤੁਹਾਨੂੰ ਕੌਣ ਕੁਝ ਕਹਿ ਲੂ ਰਾਜਨੀਤਕ ਸੁਰੱਖਿਆ ਦੇ ਨਾਲ ਨਜ਼ਾਇਨ ਮਾਈਨਿੰਗ ਜੋਰਾ ਛੋਰਾ ਨਾਲ ਕੀਤੀ ਜਾਂਦੀ ਰਹੀ ਪੁਲਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੀਤੇ ਦਿਨੀ ਸਾਲਾਪੁਰ ਦੇ ਇਕਬਾਲ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਉਹਦੇ ਨਾਲ ਇੱਕ ਜੀਸੀਬੀ ਮਸ਼ੀਨ ਇੱਕ ਪੋਕਲੇਨ ਮਸ਼ੀਨ ਵੀ ਜ਼ਬਤ ਕਰ ਲਈ ਗਈ ਸੀ ਅਤੇ ਕੰਸਵਾ ਤਾਂ ਉਸੇ ਦਿਨ ਤੋਂ ਸੀ ਕਿ ਚਰਜੀ ਸਿੰਘ ਚੰਨੀਵਾਲ ਇਹ ਜਾਂਚ ਪੜਤਾਲ ਵੱਧਦੀ ਜਾਏਗੀ ਪਰ ਹੁਣ ਲਗਾਤਾਰ ਉਸੇ ਪਾਸੇ ਨੂੰ ਕਦਮ ਵਧਦੇ ਜਾ ਰਹੇ ਨੇ ਤੇ ਇਹਦੇ ਨਾਲ ਹੀ ਇੱਕ ਹੋਰ ਜੰਗਲਾਤ ਮੰਤਰੀ ਨੇ ਹੈਗੇ ਉਹ ਵੀ ਸਾਫ ਕਾ ਸੰਗਤ ਸਿੰਘ ਗਿਲਜ਼ੀਆਂ ਪਤਾ ਨਹੀਂ ਕਿੱਥੇ ਲੋਕੇ ਹੋਏ ਨੇ ਲੱਬਿਆ ਉਹਨਾਂ ਨੂੰ ਵੀ ਜਾ ਰਿਹਾ ਛਾਪੇਮਾਰੀ ਉਹਨਾਂ ਤੇ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਆਹ ਜ਼ਮੀਨ ਦਾ ਟੁਕੜਾ ਜਿਸ ਤਾ ਮੈਂ ਜ਼ਿਕਰ ਕਰ ਰਿਹਾ ਹਾਂ ਰਾਗਵ ਚੱਡਾ ਹੋਰਾਂ ਨੇ ਵੀ ਉੱਥੇ ਜਾ ਕੇ ਲਾਈਵ ਹੋ ਕੇ ਦੱਸਿਆ ਕਿ ਆਹ ਜੋ ਦਿਖਾਈਏ ਨਜਾਇਜ਼ ਮਾਇਨ ਗੋਦੀ ਚਰਨਜੀਤ ਸਿੰਘ ਚੰਨੀ ਕਾਂ ਦੇ ਹੋ ਹੀ ਨਹੀਂ ਰਹੀ ਉਨ੍ਹਾਂ ਤੋਂ ਬਾਅਦ ਜਿਹੜੇ ਇਸ ਵਕਤ ਜੇਲ੍ਹ ਦੇ ਵਿੱਚ ਬੈਠੇ ਨੇ ਪੰਜਾਬ ਦੇ ਸਾਫਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਇਸ ਨਜਾਇਜ਼ ਮਾਈਨਗ ਵਾਲੀ ਸਾਈਟ ਦੇ ਪਾਜ ਉਧੇੜੇ ਸੀ ਉਦੋਂ ਵੀ ਚਰਨਜੀਤ ਸਿੰਘ ਚੰਨੀ ਕਹਿੰਦੇ ਸੀ ਨਹੀਂ ਪਰ ਜਿਸ ਦਿਨ ਤੋਂ ਇਕਬਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਿਸ ਦਿਨ ਤੋਂ ਸਾਧੂ ਸਿੰਘ ਧਰਮਸੋਧੀ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਆਪਣੇ ਕੈਬਨਟ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਉੱਤੇ ਪਰਚਾ ਦਰਜ ਹੋਇਆ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਂ ਬਿਆਨ ਨਾ ਕਿਤੇ ਅੱਖ ਚ ਪਾਉਣ ਨੂੰ ਰੜਕਦੇ ਨੇ ਉਮੀਦ ਹੈ ਕਿ ਭਗਵੰਤ ਮਾਨ ਹੋਰਾਂ ਨੇ ਕੱਲ ਸੰਗਰੂਰ ਦੇ ਵਿੱਚ ਆਪਣੇ ਰੋਡ ਸ਼ੋਅ ਦੇ ਦੌਰਾਨ ਆਖਿਆ ਕਿ ਤੁਸੀਂ ਬੇਫਿਕਰ ਹੋ ਜਾਓ ਮੇਰੇ ਵਾਸਤੇ ਤਾਂ ਇੱਕ ਵੀ ਰੁਪਈਆ ਖਾਣਾ ਸਲਫਾਸ ਬਰਾਬਰ ਹੈ ਪਰ ਜਿਨ੍ਹਾਂ ਨੇ ਖਾਦੇ ਨੇ ਉਹਨਾਂ ਤੋਂ ਵਸੂਲ ਕੇ ਖਜ਼ਾਨੇ ਚ ਭਰਾਂਗੇ ਤੇ ਫਿਰ ਉਸ ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਨੂੰ ਖੋਲਾਂਗੇ ਵੇਖਦੇ ਆ ਕਿ ਇਹਨਾਂ ਦੀਆਂ ਪੋਲਾਂ ਹੋਰ ਕਦੋਂ ਕਿੱਥੇ ਤੇ ਕਿਵੇਂ ਖੁੱਲਦੀਆਂ ਨੇ ਸੋ ਦੋਸਤੋ ਇਸ ਇਕੂਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ